ਗਿੱਦੜਬਾਹਾ 'ਚ ਸਿਆਸੀ ਸ਼ਹਿ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਪੱਤਰਕਾਰ 'ਤੇ FIR ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਗਿੱਦੜਬਾਹਾ ਦੇ ਪਿੰਡ ਗੁਰਸਰ ਵਿਖੇ ਕਿਸਾਨਾਂ ਵੱਲੋਂ ਵਿਧਾਇਕ MLA ਰਾਜਾ ਵੜਿੰਗ ਦਾ ਵਿਰੋਧ ਕੀਤਾ ਗਿਆ ਸੀ, ਜਿਸ ਦੀ ਕਵਰੇਜ ਪੱਤਰਕਾਰ ਰਣਜੀਤ ਸਿੰਘ ਵੱਲੋਂ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਪੱਤਰਕਾਰ 'ਤੇ ਝੂਠੇ ਮਾਮਲੇ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸੇ ਦੇ ਚੱਲਦੇ ਪੱਤਰਕਾਰ ਭਾਈਚਾਰੇ ਵੱਲੋਂ ਪ੍ਰਸ਼ਾਸਨ ਅਤੇ ਰਾਜਾ ਵੜਿੰਗ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਕਿਸਾਨ ਜਥੇਬੰਦੀਆਂ, ਵਕੀਲ ਜਥੇਬੰਦੀ ਅਤੇ ਆਂਗਣਵਾੜੀ ਮੁਲਾਜ਼ਮਾਂ ਨੇ ਵੀ ਸਾਥ ਦਿੱਤਾ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਰਣਜੀਤ ਸਿੰਘ 'ਤੇ ਦਰਜ ਪਰਚੇ ਨੂੰ ਰੱਦ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਤੁਹਾਨੂੰ ਪਤਾ ਹੀ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜਿਹੜੀ ਸਿਆਸੀ ਸ਼ਹਿ ਦੇ ਉੱਤੇ ਉਹਨਾਂ ਨੇ ਜਿਹੜਾ ਪਰਚਾ ਕਟਾਇਆ ਕਿ ਜਦਕਿ ਉਹ ਉਸ ਘਰੇ ਮੌਜੂਦ ਸੀ ਕਿ ਮੇਰੇ ਮੈਂ ਘਰੇ ਸੀਗਾ ਅਤੇ ਤਾਂ ਵੀ ਜਿਹੜਾ ਹੈਗਾ ਅਰਜੀਤ ਗਿੱਲ ਨੇ ਆ ਕੇ ਘਰੇ ਹੁਲੜਬਾਜ਼ੀ ਕੀਤੀ ਹੈ। ਦੇਖੋ ਰਾਜਾ ਵੜਿੰਗ ਜਦੋਂ ਤੁਰਦਾ ਨਾਲ ਉਹਦੇ 10 ਗਨਮੈਨ ਤੁਰਦੇ ਆ, ਬਿਲਕੁਲ ਫਿਲਮ ਵਾਲਾ ਸੀਨ ਹੁੰਦਾ। ਜੇ ਰਾਜੇ ਵੜਿੰਗ ਨੂੰ ਨੰਬਰ ਦੇਣ ਹੁਣ ਐਜ ਏ ਐਕਟਰ ਦਾ 10 'ਚੋਂ 10 ਮਿਲ ਸਕਦੇ ਆ, ਪਰ ਐਜ ਏ ਰਾਜਨੇਤਾ 10 'ਚੋਂ 0 ਵੀ ਨਹੀਂ ਮਿਲਦਾ, ਕਿਉਂਕਿ ਗਿੱਦੜਬਾਹਾ 'ਚ ਕੋਈ ਵਿਕਾਸ ਨਹੀਂ ਹੋਇਆ। ਗਿੱਦੜਬਾਹਾ ਦੇ ਵਿੱਚ ਲਗਾਤਾਰ ਪਰਚੇ ਹੋ ਰਹੇ ਆ 2009 ਅਤੇ 2007 ਤੋਂ ਲੈ ਕੇ, ਹੁਣ ਵੀ ਵਕੀਲਾਂ ਦੇ ਵੀ ਪਰਚੇ ਹੋਏ। ਅੱਜ ਸਾਰੇ ਇਨਸਾਫ ਪਸੰਦ ਲੋਕ, ਵਕੀਲ ਭਾਈਚਾਰਾ, ਪੱਤਰਕਾਰ ਭਾਈਚਾਰਾ, ਕਿਸਾਨ, ਮਜ਼ਦੂਰ, ਉਸ ਤੋਂ ਬਿਨਾਂ ਸਮਾਜ ਸੇਵੀ ਸਾਡੀਆਂ ਭੈਣਾਂ ਸੀਟੂ ਦੇ ਆ ਅਤੇ ਹੋਰ ਜਥੇਬੰਦੀਆਂ ਨੇ ਰਲ ਕੇ ਇੱਕ ਮੈਮੋਰੈਂਡਮ ਦਿੱਤਾ ਹੈ। ਅੱਜ DSPD ਸਾਹਿਬ ਨੇ ਜਿਹੜਾ ਹੈਗਾ ਰਿਸੀਵ ਕੀਤਾ, SSP ਮੁਕਤਸਰ ਸਾਹਿਬ ਜਿਹੜੇ ਹੈਗੇ ਮੈਡਮ ਆ ਉਹਨਾਂ ਨੂੰ ਭੇਜਿਆ ਗਿਆ ਕਿ ਇਹ ਜੇ ਪਰਚਾ ਵਿਧਣ ਦੀ ਜਿਹੜਾ 3-4 ਦਿਨਾਂ ਦੇ ਵਿੱਚ ਕੈਂਸਲ ਨਹੀਂ ਕਰਦੇ ਆਪਦੀ ਇਨਕੁਆਇਰੀ ਲਾ ਕੇ, ਤਾਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਗਿੱਦੜਬਾਹਾ ਥਾਣਾ ਘੇਰਿਆ ਜਾਊਗਾ। ਅਤੇ ਵਕੀਲ ਭਾਈਚਾਰੇ ਨੇ ਇਹ ਵੀ ਭਰੋਸਾ ਕੀਤਾ ਜਿਹੜੇ ਹੱਥਾਂ ਨਾਲ ਪਰਚਾ ਕੱਟਿਆ ਅਤੇ ਇਸੇ ਨੂੰ ਜਿਹੜਾ ਹੈਗਾ ਜੇ ਕੋਰਟ ਦੇ ਵਿੱਚ ਚੈਲੰਜ ਕਰਨਾ ਪੈਂਦਾ, ਕੋਰਟ ਦੇ ਵਿੱਚੋਂ ਰਣਜੀਤ ਗਿੱਲ ਨੂੰ ਜਿਹੜਾ ਹੈਗਾ ਬਾਇਜ਼ਤ ਬਰੀ ਕਰਾ ਕੇ ਲਿਆਂਦਾ ਜਾਊਗਾ। ਅਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਪਰਚਾ ਕੱਟਿਆ ਜਿਹੜੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਹਾਈ ਕੋਰਟ ਦੀਆਂ ਜਿਹੜੀਆਂ ਪੌੜੀਆਂ ਦਿਖਾਵਾਂਗੇ, ਮਾਣਹਾਨੀ ਦੇ ਕੇਸ ਵੀ ਹੋਣਗੇ। ਸੋ ਇਹ ਪੁਲਿਸ ਨੇ ਸੋਚਣਾ ਕਿ ਰਾਜੇ ਵੜਿੰਗ ਦੇ ਉਹਨੂੰ ਰਾਜਾ ਵੜਿੰਗ ਉਹਨਾਂ ਨੂੰ ਤਨਖਾਹ ਦਿੰਦਾ ਹੈ ਜਾਂ ਲੋਕ ਤਨਖਾਹ ਦਿੰਦੇ ਨੇ। ਜੇ ਰਾਜੇ ਵੜਿੰਗ ਦੇ ਹਿਸਾਬ ਨਾਲ ਚੱਲਣਗੇ ਤਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਜਿਹੜਾ ਹੈਗਾ ਕੋਰਟਾਂ ਦੇ ਚੱਕਰ ਲਾਉਣ ਵਾਸਤੇ ਜਿਹੜੇ ਹੈਗੇ ਸੰਬੰਧਿਤ ਅਫਸਰ ਤਿਆਰ ਰਹਿਣ। ਉੱਥੇ ਪੀੜਿਤ ਪੱਤਰਕਾਰ ਰਣਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਧਾਇਕ ਰਾਜਾ ਵੜਿੰਗ ਪਿੰਡ ਗੁਰਸਰ 'ਚ ਆਪਣੇ ਵਰਕਰਾਂ ਨਾਲ ਵਰਕਰ ਮੀਟਿੰਗ ਕਰਨ ਪਹੁੰਚੇ ਸਨ, ਪਰ ਕਿਸਾਨਾਂ ਵੱਲੋਂ ਵਿਧਾਇਕ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ, ਜਿਸ ਦੀ ਸਾਰੀ ਕਵਰੇਜ ਉਸ ਦੇ ਵੱਲੋਂ ਕੀਤੀ ਗਈ ਸੀ ਅਤੇ ਪੁਲਿਸ ਨੇ ਉਸ 'ਤੇ ਝੂਠਾ ਪਰਚਾ ਦਰਜ ਕਰ ਦਿੱਤਾ। ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਸਾਡੀਆਂ ਭਰਾਤਰੀ ਜਥੇਬੰਦੀਆਂ ਵੱਡੇ ਇਕੱਠ ਦੇ ਵਿੱਚ ਇੱਥੇ ਇੱਕ ਮੰਗ ਪੱਤਰ ਜਿਹੜਾ ਕਿ SPH ਹੈ ਉਹਨਾਂ ਨੂੰ ਲੈਣਾ ਪਿਆ, ਜਿਹੜੇ ਇੱਥੋਂ ਦੇ ਗੁਰਤੇਜ ਸਿੰਘ DSP ਹੈ ਅੱਜ ਉਹ ਛੁੱਟੀ ਲੈ ਗਏ ਹੈ, ਵੀ ਉਹਨਾਂ ਨੂੰ ਇੰਨੀ ਹੀਣ ਲੱਗੀ ਹੈ ਵੀ ਉਹਨਾਂ ਨੇ ਗਲਤ ਪਰਚਾ ਕੀਤਾ ਹੈ ਤਾਂ ਉਹ ਛੁੱਟੀ ਲੈ ਕੇ ਇੱਥੋਂ ਜਾਵੜੇ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ SPH ਨੇ ਉਹਨਾਂ ਨੇ ਆਪਣਾ ਜਿਹੜਾ ਮੈਮੋਰੈਂਡਮ ਲਿਆ, ਅਸੀਂ ਉਹਦੇ 'ਚ ਇਹੀ ਮੰਗ ਕੀਤੀ ਹੈ ਵੀ ਤੁਸੀਂ ਜਿਹੜਾ ਇਹ ਪਰਚਾ ਦਰਜ ਕੀਤਾ ਹੈ ਵੀ ਇਹਦੀ ਪੜਤਾਲ ਕਰੋ, ਇਨਕੁਆਇਰੀ ਕਰੋ, ਜੋ ਵੀ ਤੱਥ ਸਾਹਮਣੇ ਆਉਂਦੇ ਆ ਉਹਦੇ ਆਧਾਰ 'ਤੇ ਇਹਨੂੰ ਰੱਦ ਕੀਤਾ ਜਾਵੇ, ਇਹ ਅਸੀਂ ਮੰਗ ਕੀਤੀ ਹੈ। ਇਸ ਤੋਂ ਇਲਾਵਾ ਇਹ ਵੀ ਹੈ ਵੀ ਜੇਕਰ ਪਰਚਾ ਰੱਦ ਨਹੀਂ ਹੁੰਦਾ ਤਾਂ ਥਾਣੇ ਦਾ ਜਿਹੜਾ ਘਿਰਾਓ ਕੀਤਾ ਜਾਵੇਗਾ, ਮਰਨ ਵਰਤ 'ਤੇ ਬਹਿਣਾ ਪਿਆ ਬੈਠਾਂਗੇ, ਜੇ ਜਾਨ ਦੇਣੀ ਪਈ ਆਪਦੀ ਜਾਨ ਵੀ ਦੇਵਾਂਗੇ, ਪਰ ਇਨਸਾਫ ਹੈ ਜਿਹੜਾ ਉਹ ਲੈ ਕੇ ਰਹਾਂਗੇ ਇਹਨਾਂ ਤੋਂ। ਇਹੀ ਆ ਸਾਡੀ ਜਿਹੜੀ ਮੁੱਖ ਮੰਗ ਹੈ। ਰਣਜੀਤ, ਕੀ ਪਰਚੇ ਦੀ ਕਾਪੀ ਤੁਹਾਨੂੰ ਮਿਲੀ ਹੈ, ਉਹ 'ਚ ਕੀ ਲਿਖਿਆ, ਕੀ ਕਾਰਨ ਦੱਸਿਆ ਗਿਆ ਵੀ ਤੁਹਾਡੇ 'ਤੇ ਜਿਹੜਾ ਪਰਚਾ ਦਰਜ ਕੀਤਾ? ਪਰਚੇ ਦੀ ਕਾਪੀ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਹੈ, ਵੈਸੇ ਤਾਂ ਮਿਲ ਜਾਂਦੀ ਹੁੰਦੀ ਆ, ਸਾਡੇ ਭਰਾਵਾਂ ਨੇ ਵੀ ਮੰਗ ਕੀਤੀ ਸੀ, ਪਰ ਬਹੁਤ ਟਾਈਮ ਬਾਅਦ ਸਾਨੂੰ ਉਹ ਦਿੱਤੀ ਗਈ। ਉਹਦੇ 'ਚ ਇਹ ਲਿਖਿਆ ਗਿਆ ਇਹਨਾਂ ਨੇ ਵੀ ਵੜਿੰਗ ਸਾਹਿਬ ਦਾ ਇੱਕ ਮੀਟਿੰਗ ਸੀਗੀ ਅਤੇ ਮੀਟਿੰਗ ਦੇ ਦੌਰਾਨ ਰਣਜੀਤ ਸਿੰਘ ਧੱਕੇ ਨਾਲ ਆ ਗਏ, ਧੱਕਾ ਮੁੱਕੀ ਕੀਤੀ ਉਹਨਾਂ ਨਾਲ, ਉਹਨਾਂ ਨੂੰ ਗਾਲਾਂ ਮੁੱਕੀਆਂ, ਜਿਹੜਾ ਆਪਾਂ ਗਾਲਾਂ ਤੱਕ ਗਾਲੀ ਗਲੋਚ ਕੀਤਾ, ਅਤੇ ਇਸ ਤੋਂ ਇਲਾਵਾ ਵੀ ਸਾਡੇ 'ਤੇ ਹਮਲੇ ਤੱਕ ਦੀ ਕੀਤੀ ਹੈ ਵੀ ਜਿਹੜੇ ਕਿਸਾਨ ਹੈ ਉਹਨਾਂ ਨੂੰ ਪੇੜ ਦੱਸਦੇ ਹੈ, ਪੇੜ ਦੱਸ ਕੇ ਵੀ ਇਹ ਵਰਗਲਾ ਕੇ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਦੀ ਅਗਵਾਈ ਰਣਜੀਤ ਗਿੱਲ ਨੇ ਕੀਤੀ ਹੈ ਅਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਇਹ ਡਰਾਮਾ ਰਚਿਆ ਅਤੇ ਸਾਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਹੈ। ਅਰਜੀਤ ਜੀ, ਐਡੀ ਜਲਦੀ ਤੁਹਾਡੇ 'ਤੇ ਜਿਹੜਾ ਪਰਚਾ ਕੱਟਿਆ, ਕੀ ਮੰਨਦੇ ਹੋ ਤੁਸੀਂ ਜਿਹੜਾ ਹੈ ਰਾਜਨੀਤੀ? ਇਹ ਸਿੱਧਾ ਹੀ ਸਿਆਸੀ ਜਿਹੜੀ ਸ਼ਹਿ 'ਤੇ ਕੀਤਾ ਗਿਆ ਪਰਚਾ ਜੀ, ਇਸ ਤਰ੍ਹਾਂ ਦੇ ਪਰਚੇ ਅਜੇ ਕਰਨੇ ਹੈ ਅਤੇ ਇਨਕੁਆਇਰੀ ਕਰ ਲੈਂਦੇ ਕਿ ਫਿਰ ਐਡੀ ਲੋੜ ਕੀ ਪੈ ਗਈ ਵੀ ਸਾਰਾ ਕੰਮ ਜਲਦਬਾਜ਼ੀ 'ਚ ਕਰਨਾ ਪੈ ਗਿਆ। ਰਾਤ ਨੂੰ ਚੱਕ ਲਿਆ ਮੈਨੂੰ ਤੜਕੇ, ਜਿਹੜਾ ਮੈਡੀਕਲ ਹੈ ਹਸਪਤਾਲ ਖੁੱਲ੍ਹਣ ਤੋਂ ਪਹਿਲਾਂ ਉੱਥੇ ਚੱਕ ਕੇ ਲੈ ਗਏ ਮੈਡੀਕਲ ਵਾਸਤੇ, ਉਸ ਤੋਂ ਬਾਅਦ ਨਾਲ ਦੀ ਨਾਲ ਇੱਥੇ 9 ਵਜੇ ਕੋਰਟ 'ਚ ਲਿਆਏ। ਹਾਲਾਂਕਿ ਮੈਨੂੰ ਪਤਾ ਲੱਗਿਆ ਵਕੀਲ ਭਾਈਚਾਰਾ ਵੀ ਕਹਿੰਦਾ ਹੈ ਵੀ 1-2 ਵਜੇ ਤੋਂ ਬਾਅਦ ਜਿਹੜੇ ਕੇ ਲਿਆਉਂਦੇ ਹੈ। ਮੈਂ ਤਾਂ ਧੰਨਵਾਦ ਕਰਦਾ ਮਾਨਯੋਗ ਕੋਰਟ ਦਾ ਜਿਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਜੱਜ ਸਾਹਮਣੇ ਬੈਠ ਕੇ ਵਕੀਲ ਭਰਾਵਾਂ ਦੇ ਸਹਿਯੋਗ ਨਾਲ ਮੇਰੀ ਬੇਲ ਦਿੱਤੀ ਹੈ। ਇਸ ਤੋਂ ਅਗਲੀ ਰਣਨੀਤੀ ਕੀ ਰਹੇਗੀ ਅਗਰ ਜੇਕਰ ਪਰਚਾ ਰੱਦ ਨਹੀਂ ਹੁੰਦਾ? ਜੋ ਵੀ ਸਾਡੇ ਕਿਸਾਨ ਜਥੇਬੰਦੀਆਂ, ਭਾਈਚਾਰਾ, ਪੱਤਰਕਾਰ ਭਾਈਚਾਰਾ, ਜਿੰਨੀਆਂ ਵੀ ਆਪਣੀਆਂ
भाईचारे जथेबंदियां है जो भी फैसला लैणगियां मैं उन्हां दे नाल हां ते संघर्ष अगे लैके जावांगा। सवेरा पंजाब लई गिद्दड़बाहा तों गुरिंदर सिंह शेखों की रिपोर्ट। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान। फ्री 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 मियां रफीक मोहम्मद मोबाइल 84374 94 648 84374 94 648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।